ਨੇ ਵਾਰਨਿੰਗ ਦਿੱਤੀ ਆ ਕਿ ਸਕਾਈ ਰੌਕਟਿੰਗ ਡੀਜ਼ਲ ਪ੍ਰਾਈਸਸ ਯੂਐਸ ਦੀ ਸਪਲਾਈ ਚੇਨ ਨੂੰ ਹਰਟ ਕਰਨਗੀਆਂ। ਟਰੱਕਿੰਗ ਇੰਡਸਟਰੀ ਇਸ ਟਾਈਮ ਅਨਸਸਟੇਨੇਬਲ ਆ। ਇੱਕ ਟਰੱਕਰ ਨੇ ਜਿਸ ਦੀਆਂ 3 ਦੇ ਕਰੀਬ ਟਰੱਕ ਹੈਗੇ ਆ, ਉਸਨੇ ਇੱਕ ਫੇਸਬੁੱਕ ਦੇ ਉੱਤੇ ਵੀਡੀਓ ਪਾਈ ਤੇ ਉਹ ਬਹੁਤ ਵਾਇਰਲ ਹੋਈ। ਉਹਦੇ ਚ ਉਹਨੂੰ ਵਾਰਨਿੰਗ ਦਿੱਤੀ ਆ ਕਿ ਮੇਜਰ ਸਪਲਾਈ ਚੇਨ ਇਸ਼ੂ ਆਊਗਾ, ਕਿ ਅਸੀਂ ਟਰੱਕ ਖੜੇ ਕਰ ਦਿੱਤੇ ਹੈਗੇ ਆ, ਵੀ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਲੌਸ ਦੇ ਉੱਤੇ ਕਿੰਨਾ ਕੁ ਚਿਰ ਤੁਸੀਂ ਇਹ ਚਲਾ ਲਓਗੇ। ਇਸੇ ਤਰ੍ਹਾਂ ਇੱਕ ਔਸਟਨ ਸਮਿਥ ਹੈਗਾ, ਓਨਰ ਆਇਰਨ ਰਿਵਰ ਐਕਸਪ੍ਰੈਸ ਦਾ, ਉਹ ਕਹਿੰਦਾ ਵੀ ਮੈਨੂੰ $20,000 ਦੇ ਕਰੀਬ ਮੇਰਾ ਖਰਚ ਆਇਆ ਇੱਕ ਵੀਕ ਦਾ 3 ਟਰੱਕਾਂ ਨੂੰ ਚਲਾਉਣ ਦਾ, ਤੇ 76% ਡੀਜ਼ਲ ਦੀਆਂ ਪ੍ਰਾਈਸਸ ਪਿਛਲੇ ਸਾਲ ਦੇ ਮੁਕਾਬਲੇ ਅੱਪ ਗਈਆਂ ਹੈਗੀਆਂ ਆ, 76%। ਇਨਸਾਈਡਰ, ਬਿਜ਼ਨਸ ਇਨਸਾਈਡਰ ਆ, ਇਹਨਾਂ ਨੇ ਰਿਪੋਰਟ ਕੀਤਾ ਹੈਗਾ। ਕਹਿੰਦੇ ਬਈ ਇਹ ਡੀਜ਼ਲ ਮਾਰਕੀਟ ਇਸ ਟਾਈਮ ਵਰਸਟ ਕ੍ਰਾਈਸਿਸ ਆ 1970 ਤੋਂ ਬਾਅਦ, 52 ਸਾਲਾਂ ਬਾਅਦ ਇੰਨਾ ਜ਼ਿਆਦਾ ਪ੍ਰਾਈਸਿਸ ਦੇ ਉੱਤੇ ਕ੍ਰਾਈਸਿਸ ਆਇਆ ਹੈਗਾ। $5.75 ਦੀ ਐਵਰੇਜ ਡੀਜ਼ਲ ਦੀ ਪ੍ਰਾਈਸ ਆ USA ਚ, ਪਰ ਆਪਾਂ ਦੇਖਿਆ ਸੀ ਵੀਕਐਂਡ ਦੇ ਦੌਰਾਨ ਫ੍ਰਿਜਨੋ ਦੇ ਵਿੱਚ ਤਾਂ $7.09 ਇੱਥੇ ਤੱਕ ਪ੍ਰਾਈਸ ਡੀਜ਼ਲ ਦੀ ਸੀ। ਹੋਰ ਵੀ ਕਈ ਸਮਾਲ ਟਰੱਕਰਸ ਕਹਿ ਰਹੇ ਆ ਵੀ ਅਸੀਂ ਆਪਣੀਆਂ ਕੰਪਨੀਆਂ ਨੂੰ ਸ਼ਟ ਡਾਊਨ ਕਰ ਰਹੇ ਆ, ਤੇ ਜਾਂ ਫਿਰ ਆਪਾਂ ਅਸੀਂ ਜਿਹੜੇ ਟਰੱਕ ਆ ਉਹ ਖੜੇ ਕਰ ਦਿੱਤੇ ਆ। ਇਹਦੇ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ, ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਅਸਰ ਸਪਲਾਈ ਚੇਨ ਦੇ ਉੱਤੇ ਪਊਗਾ। CEO ਇੱਕ ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਕ੍ਰਿਸ ਸਪੀਅਰ, ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਇੰਨੀ ਜ਼ਿਆਦਾ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਸੀ, ਪਰ ਹੁਣ ਲੱਗਦਾ ਨਹੀਂ ਵੀ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਆ। ਬਹੁਤ ਸਾਰੇ ਲੋਕਾਂ ਨੇ ਟਰੱਕ ਆਪਣੇ ਖੜੇ ਕਰ ਦਿੱਤੇ ਆ ਜਾਂ ਉਹਨਾਂ ਨੂੰ ਚਲਾਉਣਾ ਬੰਦ ਕਰ ਦਿੱਤਾ ਹੈ। ਟਰੱਕਰਸ ਨੇ ਵਾਰਨਿੰਗ ਦਿੱਤੀ ਆ ਵੀ ਸਕਾਈ ਰੌਕਟਿੰਗ ਡੀਜ਼ਲ ਪ੍ਰਾਈਸਿਸ US ਦੀ ਸਪਲਾਈ ਚੇਨ ਨੂੰ ਹਰਟ ਕਰਨਗੀਆਂ। ਟਰੱਕਿੰਗ ਇੰਡਸਟਰੀ ਇਸ ਟਾਈਮ ਅਨਸਸਟੇਨੇਬਲ ਆ। ਇੱਕ ਟਰੱਕਰ ਨੇ ਜਿਸ ਦੀਆਂ 3 ਦੇ ਕਰੀਬ ਟਰੱਕ ਹੈਗੇ ਆ, ਉਸਨੇ ਇੱਕ ਫੇਸਬੁੱਕ ਦੇ ਉੱਤੇ ਵੀਡੀਓ ਪਾਈ ਤੇ ਉਹ ਬਹੁਤ ਵਾਇਰਲ ਹੋਈ। ਉਹਦੇ ਚ ਉਹਨੂੰ ਵਾਰਨਿੰਗ ਦਿੱਤੀ ਆ ਵੀ ਮੇਜਰ ਸਪਲਾਈ ਚੇਨ ਇਸ਼ੂ ਆਊਗਾ, ਵੀ ਅਸੀਂ ਟਰੱਕ ਖੜੇ ਕਰ ਦਿੱਤੇ ਹੈਗੇ ਆ, ਵੀ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਲੌਸ ਦੇ ਉੱਤੇ ਕਿੰਨਾ ਕੁ ਚਿਰ ਤੁਸੀਂ ਇਹ ਚਲਾ ਲਓਗੇ। ਇਸੇ ਤਰ੍ਹਾਂ ਇੱਕ ਔਸਟਨ ਸਮਿਥ ਹੈਗਾ, ਓਨਰ ਆਇਰਨ ਰਿਵਰ ਐਕਸਪ੍ਰੈਸ ਦਾ, ਉਹ ਕਹਿੰਦਾ ਵੀ ਮੈਨੂੰ $20,000 ਦੇ ਕਰੀਬ ਮੇਰਾ ਖਰਚ ਆਇਆ ਇੱਕ ਵੀਕ ਦਾ 3 ਟਰੱਕਾਂ ਨੂੰ ਚਲਾਉਣ ਦਾ, ਤੇ 76% ਡੀਜ਼ਲ ਦੀਆਂ ਪ੍ਰਾਈਸਸ ਪਿਛਲੇ ਸਾਲ ਦੇ ਮੁਕਾਬਲੇ ਅੱਪ ਗਈਆਂ ਹੈਗੀਆਂ ਆ, 76%। ਇਨਸਾਈਡਰ, ਬਿਜ਼ਨਸ ਇਨਸਾਈਡਰ ਆ, ਇਹਨਾਂ ਨੇ ਰਿਪੋਰਟ ਕੀਤਾ ਹੈਗਾ। ਕਹਿੰਦੇ ਬਈ ਇਹ ਡੀਜ਼ਲ ਮਾਰਕੀਟ ਇਸ ਟਾਈਮ ਵਰਸਟ ਕ੍ਰਾਈਸਿਸ ਆ 1970 ਤੋਂ ਬਾਅਦ, 52 ਸਾਲਾਂ ਬਾਅਦ ਇੰਨਾ ਜ਼ਿਆਦਾ ਪ੍ਰਾਈਸਿਸ ਦੇ ਉੱਤੇ ਕ੍ਰਾਈਸਿਸ ਆਇਆ ਹੈਗਾ। $5.75 ਦੀ ਐਵਰੇਜ ਡੀਜ਼ਲ ਦੀ ਪ੍ਰਾਈਸ ਆ USA ਚ, ਪਰ ਆਪਾਂ ਦੇਖਿਆ ਸੀ ਵੀਕਐਂਡ ਦੇ ਦੌਰਾਨ ਫ੍ਰਿਜਨੋ ਦੇ ਵਿੱਚ ਤਾਂ $7.09 ਇੱਥੇ ਤੱਕ ਪ੍ਰਾਈਸ ਡੀਜ਼ਲ ਦੀ ਸੀ। ਹੋਰ ਵੀ ਕਈ ਸਮਾਲ ਟਰੱਕਰਸ ਕਹਿ ਰਹੇ ਆ ਵੀ ਅਸੀਂ ਆਪਣੀਆਂ ਕੰਪਨੀਆਂ ਨੂੰ ਸ਼ਟ ਡਾਊਨ ਕਰ ਰਹੇ ਆ, ਤੇ ਜਾਂ ਫਿਰ ਆਪਾਂ ਅਸੀਂ ਜਿਹੜੇ ਟਰੱਕ ਆ ਉਹ ਖੜੇ ਕਰ ਦਿੱਤੇ ਆ। ਇਹਦੇ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ, ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਅਸਰ ਸਪਲਾਈ ਚੇਨ ਦੇ ਉੱਤੇ ਪਊਗਾ। CEO ਇੱਕ ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਕ੍ਰਿਸ ਸਪੀਅਰ, ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਇੰਨੀ ਜ਼ਿਆਦਾ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਸੀ, ਪਰ ਹੁਣ ਲੱਗਦਾ ਨਹੀਂ ਵੀ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਆ। ਬਹੁਤ ਸਾਰੇ ਲੋਕਾਂ ਨੇ ਟਰੱਕ ਆਪਣੇ ਖੜੇ ਕਰ ਦਿੱਤੇ ਆ ਜਾਂ ਉਹਨਾਂ ਨੂੰ ਚਲਾਉਣਾ ਬੰਦ ਕਰ ਦਿੱਤਾ ਹੈ।